ਬਾਬਰ ਖਾਨ ਬਾਗਵਾਨੀ। ਅੱਜ ਨਾ ਮੈਂ ਆਪਣਾ ਮੰਡੀ ਆਇਆ ਜੀ, ਸਾਡੇ ਲੁੱਡਣ ਮੰਡੀ ਨਜ਼ਦੀਕ ਲੱਗਦੀ ਜੀ, ਉਸ ਜਗ੍ਹਾ 'ਤੇ। ਬਸ ਕੋਈ ਰੱਖਣ ਵਾਸਤੇ ਕੋਈ ਗਾਂ ਸ਼ਾਇ ਕੋਈ ਮੱਛੀ ਵਗੈਰਾ ਲੈਣ ਆਇਆ ਸੀ ਜੀ, ਅਤੇ ਉਹ ਦੇਖ ਦੁੱਖ ਰਹੇ ਹਾਂ ਅਤੇ ਕਾਫੀ ਦੇਖ ਲਿਆ ਜੀ ਨਾ ਆਪਣਾ ਇਸ ਜਿਤਨੇ ਸਾਈਜ਼ ਦੀ ਜਿਹੜੀ ਜਨਾਬ ਇਸ ਟਾਈਮ ਮਿਲ ਰਹੀ 45,000 40,000, ਮਤਲਬ 3 ਫੁੱਟ ਹਾਈਟ ਔਰ ਇਤਨੀ ਰੇਟ ਕਾਫੀ ਜਿਹੜਾ ਇਸ ਟਾਈਮ ਹੈ ਨਾ ਜੀ। ਰਮਜ਼ਾਨ ਦੇ ਮਹੀਨੇ 'ਚ ਹੋਰ ਮੁਸਲਮਾਨ ਮਾਸ਼ਾਅੱਲਾ ਜੀ ਤੇਜ਼ ਹੋਏ ਖੜ੍ਹਨ, ਅਤੇ ਇੱਕ ਪਸੰਦ ਕੀਤੀ ਜੀ ਇਤਨਾ ਕਾਫੀ ਗੁੰਮ ਫਿਰ ਕੇ ਲਾਸਟ ਦੇ ਉੱਤੇ ਇੱਕ ਲਈ ਅਸੀਂ ਜੀ ਆਪਣਾ 38,000 ਰੁਪਏ ਦੀ। ਹਾਂਜੀ ਇਹ ਤੁਹਾਨੂੰ ਦਿਖਾਉਂਦੇ ਹਾਂ ਜੀ, ਇਹ ਵਾਲੀ ਲਈ ਜੀ ਮੈਂ। ਇਹ 38,000 ਰੁਪਏ ਦੀ ਲਈ ਹੈ ਜੀ, ਨਾਲ ਜਿਹੜੇ ਮਸ਼ੂਕ ਅਲੀ ਸਾਹਿਬ ਨੇ। ਬਸ ਸਾਡੇ ਤਾਂ ਇਹੀ ਸਮਝ ਆਈ ਹੈ ਜੀ, ਮਾਸ਼ਾਅੱਲਾ ਪਤਾ ਨਹੀਂ ਅੱਛੀ ਹੈ ਜਿਵੇਂ। ਉੱਤੋਂ ਜੀ ਆ ਸਾਡੇ ਆਪਣੇ ਵਸੇਬ ਦੇ ਬੰਦੇ ਅਤੇ ਬਾਕੀ 500 ਰੁਪਏ ਕਿਰਾਇਆ ਮੰਗ ਰਹੇ ਨੇ, ਅਤੇ ਵਸੇਬ ਵੀ ਸਾਡੇ ਤੋਂ 1,000 ਰੁਪਏ ਮੰਗੀ ਖੜੇ। ਅੰਦਾਜ਼ਾ ਲਾਓ ਸਾਡੇ ਵਸੇਬ ਦੇ ਤਾਂ ਖਾਣ ਜੀ, ਤੁਹਾਡੇ ਲਈ ਤੁਹਾਡੀ ਇੱਜ਼ਤ ਹੈ ਸਿਰਫ, ਬਾਕੀਆਂ ਦੀ ਨਹੀਂ ਸੀ ਬਾਤ। ਮਤਲਬ ਬਾਕੀਆਂ ਤੋਂ 500 ਰੁਪਏ ਔਰ ਸਾਡਾ ਮਾਸ਼ਾਅੱਲਾ ਜੀ 1,000 ਰੁਪਈਆ ਸਕਾ ਕੀ ਹੈ ਜੀ ਟਿੱਕਾ, ਤੁਸੀਂ ਖਾ ਖਵਾਨੀ ਹੋ ਨਾ ਖਾਣ ਹੋ ਅਤੇ ਖਾਣ ਨਾਲ ਇਹ ਹਾਲਾਤ ਹਨ ਸਾਡੀ ਬੜੀ ਔਖੀ ਜੀ ਜਨਾਬ, ਉਹਨੂੰ ਅਸੀਂ ਉੱਤੋਂ ਚੜਾ ਰਹੇ ਹਾਂ, ਪਤਾ ਨਹੀਂ ਉਹਦੀ ਹਾਲਤ ਕੀ ਹੈ। ਅੱਜ ਦੇਖੋ 3 ਬੰਦੇ ਧੱਕੇ ਧੁੱਕੇ ਲਾ ਕੇ, ਉਹ ਰੇਟ ਸੁਣ ਕੇ ਰਿਕਸ਼ੇ ਦਾ ਕਿਰਾਇਆ ਸੁਣ ਕੇ ਜਨਾਬ ਉਹ ਦਿਲ ਹੀ ਨਹੀਂ ਕਰਦਾ ਰਿਕਸ਼ੇ 'ਤੇ ਚੜ੍ਹਨ ਨੂੰ। ਮਸ਼ੋਕ ਅਲੀ ਆ ਤੇਰੀ ਮੱਛੀ ਵੈਸੇ ਡਰੀ ਖੜੀ ਤੇਰਾ ਰੇਟ ਸੁਣ ਕੇ, ਮੱਛੀ ਆਉਂਦੀ ਮੈਂ ਨਹੀਂ ਚੜ੍ਹਦੀ, ਬਿਲਕੁਲ ਥੱਕੀ ਖੜੀ ਹੈ ਵਿਚਾਰੀ, ਸੁਬਾਹ ਦੀ ਖੜੇ ਹੋ ਕੇ ਰਿਕਸ਼ੇ ਵਾਲੇ ਜਨਾਬ ਸਾਰੇ ਖੜਨ, ਸਾਰੇ 500 ਰੁਪਏ ਔਰ ਇੱਦੇ ਮਾਸ਼ਾਅੱਲਾ ਜਨਾਬ 20 ਕਿਲੋਮੀਟਰ ਸਫ਼ਰ, 20 ਕਿਲੋਮੀਟਰ ਦਾ ਕਿਰਾਇਆ 1,000 ਰੁਪਈ ਜੀ। ਰੋਜ਼ ਇਹ ਚੱਕਦੇ ਨੇ ਰੈਸਟ ਇਜ਼ ਬੈਸਟ, ਚੋਲਿਸਤਾਨੀ ਨਸਲ ਦੇਸੀ ਮਿਕਸ ਹੈ ਬਈ, ਅਤੇ ਰੈਸਟ ਦੇ ਚੱਕਰ ਜੇ ਰਸਤੇ ਸਾਡੇ ਕਿਸੇ ਵੇਖੀ ਤਾਂ ਭਾਵੇਂ ਆਖਣ, ਵੈਸੇ ਹੀ ਮਸ਼ੋਕ ਅਲੀ ਵੀ ਬਿਮਾਰ ਤਾਂ ਨਹੀਂ ਜਿਹੜੀ ਲਈ ਵਧੇ ਨੇ ਜਨਾਬ, ਇਹ ਲੰਮੀ ਹੋਈ ਪਈ। ਹਾਂ ਮਸ਼ੋਕ ਅਲੀ ਇਹ ਡਾਂਗ ਬੜੀ ਲਈ ਹੈ ਯਾਰ, ਵਾਹ ਜੀ ਵਾਹ, ਕਿਆ ਬਾਤ ਹੈ ਉਸਕਾ ਬਈ, ਅੱਛੂ ਦਾ ਵੈਰ ਫਿਲਮ ਹੀ ਲੱਗਦਾ ਧੋਏ ਬਣਾਈ ਆਈ। ਮੱਛੀ ਵੀ ਖਾਣ ਵਾਸਤੇ, ਸੋਟੀ ਵੀ ਖਾਣ ਵਾਸਤੇ, ਅੱਛਾ ਮੱਛੀ ਵੀ ਖਾਣ। ਹਾਂ ਪਤਾ ਲੱਗੇ ਵੀ ਜ਼ਿੰਮੇਦਾਰ ਜੱਟ ਬੰਦਾ, ਅੱਜ ਮਾਲ ਰੱਖਣ ਵਾਲਾ ਬੰਦਾ, ਕਿਆ ਬਾਤ ਹੈ ਕਿਆ ਬਾਤ ਹੈ ਜੀ।